ਧੰਨਵਾਦ ਜੀ। ਮੰਚ 'ਤੇ ਬੈਠੇ ਡਾਕਟਰ ਹਰਪਾਲ ਸਿੰਘ ਪੰਨੂ, ਡਾਕਟਰ ਅਨੁਰਾਗ ਸਿੰਘ ਸਾਹਮਣੇ ਸੁਸ਼ੋਭਿਤ ਹੋਰ ਸ਼ਖਸੀਅਤਾਂ, ਬਾਬਾ ਅਮੀਰ ਸਿੰਘ ਜੀ ਅਤੇ ਸਮੂਹ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਪੇਪਰ ਦਾ ਵਿਸ਼ਾ ਜੀ ਗੁਰੂ ਨਾਨਕ ਦੇਵ ਜੀ ਦਾ ਅਨੁਭਵ 1। ਤੁਹਾਨੂੰ ਸਾਰ ਰੂਪ ਦੇ ਵਿੱਚ ਪਹਿਲਾਂ ਦੱਸਣਾ ਚਾਹਾਂਗਾ। 1 ਦਾ ਅਨੁਭਵ ਗੁਰੂ ਨਾਨਕ ਦੇਵ ਜੀ ਦੁਆਰਾ ਬਾਣੀ ਵਿੱਚ ਇਸ 1 ਦੇ ਲਏ ਗਏ 12 ਵਿਆਕਰਨ ਰੂਪਾਂ ਦੇ ਵਿੱਚ ਹੈ ਜੀ, ਜੋ ਇਸ ਤਰ੍ਹਾਂ ਮਿਲਦਾ। 1, ਇੱਕੋ, ਇੱਕੋ, ਏਕ, ਏਕਾ, ਏਕੇ, ਏਕਮ, ਏਕਿਆ, ਏਕ, ਏਕੈ, ਏਕੋ ਅਤੇ ਏਕੋ ਔਂਕਣ ਨਾਲ। ਗੁਰੂ ਨਾਨਕ ਦੇਵ ਜੀ ਦੇ ਆਤਮ ਅਨੁਭਵ ਵਿੱਚ ਆਇਆ 1, ਜਿਹੜਾ ਗੁਰਬਾਣੀ ਵਿੱਚ ਓਅੰਕਾਰ 1 ਓਅੰਕਾਰ ਦੇ ਰੂਪ ਵਿੱਚ ਪ੍ਰਕਾਸ਼ਿਤ ਹੈ। ਉਸ ਨੂੰ ਸਮਝਣ ਦੀ ਕੋਸ਼ਿਸ਼ ਹਥਲੇ ਪਰਚੇ ਵਿੱਚ ਕੀਤੀ ਗਈ ਹੈ। ਇਸ ਪਰਚੇ ਵਿੱਚ ਅਸੀਂ ਇਸ ਚਿੰਨ੍ਹ 1 ਓਅੰਕਾਰ ਦੇ ਵਿੱਚੋਂ ਕੇਵਲ 1 ਨੂੰ ਹੀ 1 ਦੇ ਪਸਾਰ ਜਾਣਨ ਦੀ ਕੋਸ਼ਿਸ਼ ਕੀਤੀ ਆ। ਕਹਿਣ ਤੋਂ ਭਾਵ ਗੁਰੂ ਨਾਨਕ ਦੇਵ ਜੀ ਨੇ ਸਾਨੂੰ 1 ਪਰਮਾਤਮਾ ਜਾਂ 1 ਦਾ ਗਿਆਨ ਦਿੰਦੇ ਹੋਏ ਗੁਰਬਾਣੀ ਦੇ ਵਿੱਚ ਇਹਦੀ ਵਰਤੋਂ ਕੀਤੀ ਹੈ। ਉਸ ਦੇ ਬਾਰੇ ਅਸੀਂ ਇੱਥੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਗੁਰੂ ਨਾਨਕ ਦੇਵ ਜੀ ਦੇ ਅਨੁਭਵ ਵਿੱਚ ਆਇਆ ਪਹਿਲਾ 1 ਗੁਰ ਰੂਪ, 1 ਗੁਰ ਦੇ ਰੂਪ ਵਿੱਚ, ਜਿਹਦਾ ਭਾਵ ਗੁਰੂ ਦੀ 1 ਸਿੱਖਿਆ ਤੋਂ ਹੈ। ਭਾਵ ਜੇ ਗੁਰੂ 1 ਆ ਤਾਂ ਗੁਰੂ ਦੀ ਸਿੱਖਿਆ ਵੀ 1 ਹੈ। ਗੁਰਬਾਣੀ ਵਿੱਚੋਂ ਫਰਮਾਨ ਹੈ ਜੀ, ਮਾਤੇ ਵਿੱਚ ਰਤਨ ਜਵਾਹਰ ਮਾਣਿਕ, ਜੇ 1 ਗੁਰ ਕੀ ਸਿੱਖ ਸੁਣੀ। ਇਸਦਾ ਦੂਜਾ ਪਸਾਰ ਹੈ ਜੀ 1 ਨਾਮ, ਮਾਫ ਕਰਨਾ, 1 ਮੰਨਿਆ, ਜਿਸਦਾ ਭਾਵ ਹੈ 1 ਰੱਬ ਨੂੰ ਮੰਨਣ ਤੋਂ ਹੈ। ਉਸ 1 ਰੱਬ ਨੂੰ ਦੇਖਦੇ ਹੋਏ, ਉਸੇ 1 ਰੱਬ ਉੱਤੇ ਭਰੋਸਾ ਕਰਦੇ ਹੋਏ ਉਸੇ ਨੂੰ ਮੰਨਿਆ ਅਤੇ ਉਸੇ ਰੱਬ ਦੀ ਸ਼ਿਫਤਾਂ ਨੂੰ ਕੰਨਾਂ ਨਾਲ ਸੁਣਿਆ ਹੈ। ਗੁਰਬਾਣੀ ਦਾ ਫਰਮਾਨ ਹੈ ਜੀ, 1 ਦੇਖਿਆ, 1 ਮੰਨਿਆ, 1 ਸੁਣਿਆ ਸਰਵਣ ਸਰੋਤ। ਇਸਦਾ ਤੀਜਾ ਪਸਾਰ 1 ਦਾਤਾ, ਭਾਵ ਦਾਤਾ ਦੇਣ ਵਾਲਾ 1 ਪਰਮਾਤਮਾ, ਦੂਜਾ ਹੋਰ ਨਹੀਂ। ਹਰ 1 ਦਾਤਾ ਵਰਤਦਾ, ਦੂਜਾ ਅਵਰੋ ਨਾ ਕੋਏ। ਇਸਦਾ ਚੌਥਾ ਪਸਾਰ 1 ਏਕੰਕਾਰਨ ਤੋਂ ਹੈ ਜੀ, ਜਿਸਦਾ ਭਾਵ 1 ਅਕਾਲ ਪੁਰਖ ਤੋਂ ਹੈ, ਜਿਹੜਾ ਕਿ ਜਲ ਵਿੱਚ, ਥਲ ਵਿੱਚ ਅਤੇ ਆਕਾਸ਼ ਵਿੱਚ ਮੌਜੂਦ ਹੈ। ਜਲਨ ਥਲਨ ਵਸੁੱਧ ਗਗਨ ਏਕ ਏਕੰਕਾਰਨ। ਇਸਦਾ ਪੰਜਵਾਂ ਪਸਾਰ 1 ਟੇਕ, ਜਿਸਦਾ ਭਾਵ 1 ਰੱਬ ਦੇ ਸਹਾਰੇ ਤੋਂ ਹੈ, ਜੀਵ ਦੇ ਮਨ, ਚਿੱਤ ਅਤੇ ਤਨ ਦਾ ਆਸਰਾ 1 ਅਕਾਲ ਪੁਰਖ ਹੀ ਹੈ। ਗੁਰਬਾਣੀ ਦਾ ਫੁਰਮਾਨ ਹੈ ਜੀ, 1 ਟੇਕ ਮੇਰਾ ਹੈ ਮਨ ਚੀਤ। ਇਸਦਾ ਛੇਵਾਂ ਪਸਾਰ ਹੈ 1 ਹੈ ਮੰਗ, ਜਿਸਦਾ ਭਾਵ ਹੈ 1 ਮੰਗ ਮੰਗਣ, ਪਰਮਾਤਮਾ ਤੋਂ 1 ਮੰਗ ਮੰਗਣ ਤੋਂ। ਜੇ ਹੇ ਜੀਵ, ਜੇ ਤੂੰ ਮੰਗ ਮੰਗਣੀ ਹੀ ਹੈ ਤਾਂ ਪ੍ਰਭੂ ਦੇ 1 ਨਾਮ ਦੀ ਦਾਤ ਦੀ ਮੰਗ ਕਰ। ਮੰਗਣੇ ਮੰਗ ਤਾਂ 1 ਹੈ ਮੰਗ। ਇਸਦਾ ਸੱਤਵਾਂ ਪਸਾਰ ਏਕਮ ਹੈ, ਜਿਹਨੂੰ ਗੁਰੂ ਨਾਨਕ ਦੇਵ ਜੀ, ਇਹ ਮੈਂ ਜੀ ਜਿਹੜੀ ਗੱਲ ਕਰ ਰਿਹਾ ਇਹ ਗੁਰੂ ਨਾਨਕ ਦੇਵ ਜੀ ਦੁਆਰਾ 1 ਓਅੰਕਾਰ ਜਿਹੜਾ ਆਪਾਂ ਦੇਖਦੇ ਹਾਂ ਮੂਲ ਮੰਤਰ ਤੋਂ ਪਹਿਲਾਂ ਸੁਸ਼ੋਭਿਤ ਹੈ, ਇਹਦੇ ਓਅੰਕਾਰ ਦੇ ਅੱਗੇ ਜਿਹੜਾ ਲੱਗਿਆ ਹੋਇਆ ਉਹਦੇ 1 ਦੇ ਪਸਾਰ ਦੀ ਮੈਂ ਗੱਲ ਕਰ ਰਿਹਾ, ਜਿਹਨੂੰ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਮਝਾਉਣ ਮਾਤਰ ਵੀ ਉਹ 1 ਕਿਸ ਰੂਪ ਵਿੱਚ ਗੁਰਬਾਣੀ ਦੇ ਵਿੱਚ ਵਿਆਪਕ ਆ। ਉਹਦੇ ਉੱਤੇ ਮੈਂ ਤੁਹਾਨੂੰ 12 ਪਸਾਰਾਂ ਦੇ ਉੱਤੇ ਚੱਲ ਰਿਹਾ ਸੀਗਾ, ਉਹਦਾ 6ਵਾਂ ਪਸਾਰ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ। ਏਕਮ, ਭਾਵ 1 ਅਕਾਲ ਪੁਰਖ ਤੋਂ ਹੈ। 1 ਅਕਾਲ ਪੁਰਖ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ, ਜਿਸ ਬਰਾਬਰ ਹੋਰ ਕੋਈ ਨਹੀਂ। ਗੁਰਬਾਣੀ ਵਿੱਚੋਂ ਫਰਮਾਨ ਹੈ ਜੀ, ਏਕਮ ਏਕੈ ਆਪ ਉਪਾਇਆ। ਇਸਦਾ 8ਵਾਂ ਪਸਾਰ ਹੈ ਜੀ ਏਕਿਆ, ਜਿਸਦਾ ਭਾਵ ਹੈ 1 ਅਕਾਲ ਪੁਰਖ ਨਾਲ 1 ਰੂਪ ਹੋ ਜਾਣ ਤੋਂ ਹੈ। ਜਿਹੜੇ ਜੀਵਾਂ ਨੇ ਗੁਰੂ ਦੇ ਬਚਨਾਂ ਨੂੰ ਧਿਆਉਂਦੇ ਹੋਏ 1 ਪਰਮਾਤਮਾ ਦੀ ਸੇਵਾ ਕੀਤੀ, ਉਹ ਸੇਵਕ ਪਰਮਾਤਮਾ ਵਿੱਚ ਮਿਲ ਕੇ ਉਸ ਨਾਲ 1 ਰੂਪ ਹੋ ਜਾਂਦੇ ਹਨ। ਗੁਰਬਾਣੀ ਦਾ ਫਰਮਾਨ ਹੈ ਜੀ, ਗੁਰਬਚਨੇ ਧਿਆਇਆ ਜਿਨ੍ਹਾਂ ਅਗਮ ਹਰੇ ਤੇ ਠਾਕੁਰ ਸੇਵਕ ਰਲ 1 ਆ।
इस दा नौवां पसार है जी एको ही, जिसका भाव है रब वाहेगुरु ही देव है, परमात्मा है, सब कुछ पैदा करने वाला है। पूजो राम एक ही देवा। इसका दसवां पसार एक है, जिसका भाव है इको एक अकाल पुरख ही सच्चा पातशाह है, भाव हे अकाल पुरख एक तू ही जीवां दा आसरा है, एक है तू राया। इसका ग्यारहवां पसार एको वेस, जिसका भाव है परमात्मा एक ही है परंतु उसके सरगुण वेस अनेक ही हैं। गुरु एक है परमात्मा का, गुरु एक है परमात्मा का ही वो रूप है, पर उन्हां दे शरीरक रूपां विच अनेक वेस हैं। गुर गुर एको वेस अनेक। इसका बारहवां पसार है जी एको नाम, भाव एक नाम ही है जो भगतां दा आसरा है। परमात्मा दा नाम भगतां वास्ते उच्ची जात है, नाम ही उन्हां वास्ते उच्ची कुल है, परमात्मा आप ही उन्हां दे जीवन नूं सोहणा बना दिंदा है। भगतां की जत पत एको नाम है आपे लए सवार। सार वजों गुरु नानक देव जी दे अनुभव विच आया एक दे पसार हेठ लिखे अनुसार हन। गिनती पक्षों ये पसार जिहड़े आपां पिछे पढ़ के आए हैं, एक गुर एक मन्या इको दाता एक एकंकारं एक टेक एक है मांग एकम एकया एक ही एक है एको वेस एको नाम। गुरबाणी विच गुरु साहब ने एक दे पसारां वजों 173 दे लगभग इन्हां नूं वरत्या जी। व्याकरणक रूप विच ये 12 वार आया जी, जिहड़ा मैं हुणी तुहानूं दुबारा दस दिंदा। एक एक औंकड़ नाल इको एक एका एके एकंकारं एक एक एकै एको। तत्सार वजों असीं कह सकदे हां जी एक ओंकार का जिहड़ा ये एक जिहदी असीं गल करदे हां, इस पसार लई बाणी दे लगभग हरेक संदर्भ तक ये एक व्यापक है। जेकर रब एक है तां गुरु भी एक ही है, शब्द भी एक है, नाम भी एक है, मनन वाला भी एक है, तरदा भी एक ही है। ये गुरबाणी नूं समझण मात्र मैं 4 तों 5 रेफरेंस ले हैं भी गुरबाणी जे एक दी गल करती है तां एक ओंकार दे अगे लगे एक दा भाव यही नहीं लैणा। उहदे लई रब भी एक है, गुरु की सिक्ख्या भी एक है, गुरु भी एक है, नाम भी एक है, तो मनण वाला भी एक है, तो तरदा भी एक है जिहड़ा उहनूं जपदा। गुरबाणी विचले एक ओंकार की साधना अते अर्थ करन लग्या एक दे इन्हां सगल पसारां नूं ध्यान विच रखना नहायत ही जरूरी है। फूल चुक दी खेमा जी, वाहिगुरू जी का खालसा, वाहिगुरू जी की।